अक्सर विवादों च रहने वाला नीतू शटर वाला लग्या रोन देश मिलना चाहिए जेड़ा मर्जी सिद्धू मूसेवाला ते लगाए खुद नूं धमकियां देण दे इल्जाम कहा सिद्धू मोदी जा बब्बू मान नाल लवे पंगा अपने अजीबो गरीब कारनामिया कारण अक्सर ही विवादां च रहने वाला नीटू शटर वाला फिर सुर्खियां च आ गया। हुण नीटू दा पंगा पंजाबी गायक सिद्धू मूसेवाला नाल पिया होया। बीते कई दिनों तो नीटू मूसेवाले नूं ललकार रहा सी ते हुण नीटू ने इल्जाम लगाए ने कि मूसेवाले ने मैनू जानो मारन की धमकी दित्ती आ। सुनो मैं गाना कीता सी भाई मेरा मतलब यही कि सिद्धू मूसेवाले नूं टारगेट करन दा जां कोई गल मैं उहदे बराबर नहीं कर सकदा। चलो देखदे गाना गाया उस गाने ने इन्नियां धमकियां दे गोलियां मार देंगे पिस्तौलां मार देंगे हर एक बंदे को फोन करवा दे एक एक बंदे को घर का बंदे मेरे घर तक पहुँच गए फैमिली बैंक करवा रहे थे कौन है सिद्धू मूसेवाला करवा रहे जी मेरी देवीग्राम जलंधर देवीग्राम मंदिर के बैक साइड से जाओ मेरा घर वा थे मैं किराने दुकान छोटी भाई है सब्जी का काम करता मैं मंडियों लेके बेचता सब्जी छोटा मोटा अपना काम आप इन्ने लेवल च नहीं है कोई पैसे भी आ गए चार हथियार भी सारा कुछ बोलता ਇਹਦਾ ਮਤਲਬ ਉਹਦੀ ਬਦਮਾਸ਼ੀ ਬੋਲਦੀ ਹੈ ਸਰਕਾਰ ਪਤਾ ਨਹੀਂ ਕਿਉਂ ਚੁੱਪ ਵਾ ਮੈਨੂੰ ਨਹੀਂ ਸਮਝ ਆਈ ਮੈਂ ਗਾਣਾ ਕੱਢਿਆ ਗਾਣੇ ਦਾ ਜਵਾਬ ਤੂੰ ਮੈਨੂੰ ਗਾਣੇ 'ਚ ਦੇ ਇਹਦਾ ਫਰਜ਼ ਕੀ ਬੰਦਾ ਬਗਾਨੇ ਬੰਦਿਆਂ ਕੋਲ ਫੋਨ ਕਰਵਾਉਣੇ ਮੇਰੀ ਮਾਂ ਭੈਣ ਦੀ ਨਹੀਂ ਇੱਜ਼ਤ ਨੂੰ ਦਿੱਤੀ ਮੈਂ ਅਦਾਲਤ 'ਚ ਵੀਡੀਓ ਪੇਸ਼ ਕਰੂੰਗਾ ਜੀ ਹੁਣ ਮੈਂ ਕਾਨੂੰਨੀ ਕਾਰਵਾਈ ਆਪਣੀ ਪੂਰੀ ਕਰੂੰਗਾ ਜਿੱਦਾਂ ਵੀ ਹੋ ਸਕਿਆ ਮੈਂ ਹੁਣ ਡਰਨਾ ਨਹੀਂ ਹੈਗਾ ਨਾ ਮਾਰ ਤਾਂ ਦੇਣਾ ਹੀ ਨਹੀਂ ਅੱਜ ਹੀ ਮਾਰਦੇ ਚਾਹੇ ਕੱਲ੍ਹ ਮਾਰ ਦੇਵੇ ਹੁਣ ਮਾਰਨ ਤੋਂ ਡਰਨਾ ਕੀ ਕਰੀਏ ਜੇ ਸਿੱਧੂ ਮੂਸੇਵਾਲਾ ਤਾਂ ਹੁਣ ਡਰ ਜਾਈਏ ਕੋ ਡਰ ਕੇ ਭਾਜੀਏ ਆਪਾਂ ਕੋਲ ਡਰਨਾ ਨਹੀਂ ਆਪਾਂ ਸਰਕਾਰ ਤੋਂ ਇਨਸਾਫ ਮੰਗਣਾ ਜੋ ਕਰਨਾ ਪਿਆ ਮੈਨੂੰ ਕਰੂੰਗਾ ਹੁਣ ਮੈਂ ਨਹੀਂ ਡਰਦਾ ਮੈਂ ਇਹ ਦੇਖੋ ਜੇ ਫੈਨ ਇਹਦੇ ਨਾਲ ਪਿਆਰ ਕਰਦੇ ਮੈਂ ਉਹਦੇ ਫੈਨਾਂ ਨਾਲ ਕੋਈ ਲੜਾਈ ਨਹੀਂ ਮੇਰੀ ਠੀਕ ਆ ਉਹਨੂੰ ਰੱਬ ਮੰਨਦੇ ਉਹਦੇ ਦਿਲ 'ਚ ਫੋਟੋ ਲੱਗੀ ਆ ਆਪਾਂ ਮੰਨ ਜਾਂਦੇ ਹਾਂ ਵੀ ਚਲੋ ਆਪਣਾ ਕੋਈ ਲੈਣਾ ਦੇਣਾ ਪਰ ਜਿਹੜੀ ਗੱਲ ਵਾ ਤੂੰ ਗਾਣੇ ਦਾ ਜਵਾਬ ਗਾਣੇ ਦੇ ਦੇ ਤੂੰ ਆਪਣੇ ਬੰਦਿਆਂ ਨੂੰ ਫੋਨ ਕਰਵਾ ਕੇ ਸਾਨੂੰ ਧਮਕੀਆਂ ਦਵਾ ਰਿਹਾ ਕਾਹਦੇ ਵਾਸਤੇ ਦਵਾ ਰਿਹਾ ਧਮਕੀ ਦਿੱਤੀ ਹੈ ਮਾਰਨ ਦੀ ਆ ਜੀ ਗੋਲੀਆਂ ਮਾਰ ਤਾਂ ਕਿ ਘਰੋਂ ਚੱਕ ਕੇ ਲੈ ਜਾਵਾਂਗੇ ਬੋਰੀ 'ਚ ਪਾ ਕੇ ਚੱਕ ਕੇ ਲੈ ਜਾਵਾਂਗੇ ਮੋਬਾਈਲ 'ਤੇ ਆਈਆਂ ਕਿ ਕਾਹਨੀ ਮੋਬਾਈਲਾਂ 'ਤੇ ਵੀ ਆਈਆਂ ਅਤੇ ਮੈਂ ਹੁਣ ਉਹਨਾਂ ਬੰਦਿਆਂ ਦੇ ਨਾਮ ਵੀ ਨਹੀਂ ਦੱਸ ਸਕਦਾ ਕਿਉਂਕਿ ਬੰਦੇ ਬੜੇ ਕਿਸ ਗਾਣੇ 'ਤੇ ਉਹ ਭੜਕੇ ਆ ਕੀ ਉਹਦਾ ਬੋਲ ਕੀ ਆ ਕੀ ਨੀਟੂ ਸ਼ਟਰ ਅਫੀਸ਼ੀਅਲ ਚੈਨਲ ਆ ਮਜ਼ਾਕ ਹੈ ਬਈ ਮਜ਼ਾਕ ਹੈ ਯੂਟਿਊਬ ਦੇ ਉੱਤੇ ਭਰ ਦਿਓ ਨੀਟੂ ਸ਼ਟਰ ਅਫੀਸ਼ੀਅਲ ਜਿਹੜਾ ਗਾਣਾ ਵਾ ਸਿਰਫ ਉਹਦਾ ਕੋਈ ਕੁਛ ਨਹੀਂ ਆਪੀ ਉਹਨੇ ਲੋਕਾਂ ਨੂੰ ਕਿਹਾ ਵੀ 1.5 ਲੱਖ ਕਲਾਕਾਰ ਨੂੰ ਕਿਹਾ ਇੰਡਸਟਰੀ ਵਿੱਚ ਤੁਹਾਡਾ ਪ੍ਰਾਹੁਣਾ ਆ ਗਿਆ ਪ੍ਰਾਹੁਣੇ ਦਾ ਮਤਲਬ ਸਾਡਾ ਜੀਜਾ ਆ ਗਿਆ ਕੋਈ ਇਹਨੇ ਰਿਪਲਾਈ ਨਹੀਂ ਕਿਸੇ ਨੇ ਕੀਤਾ ਜੇ ਰਿਪਲਾਈ ਕਰਨ ਲੱਗੇ ਆਪ ਹੀ ਕਹਿੰਦਾ ਡੇਟ ਪਾਓ ਆਪਣੀ ਜ਼ੁਬਾਨ ਤੋਂ ਆਪ ਮੁਕਰਦਾ ਇਹ ਅਸਲੀ ਜੱਟ ਦਾ ਪੁੱਤ ਨਹੀਂ ਹੈਗਾ ਜੱਟ ਦੇ ਪੁੱਤ ਉਹ ਆ ਜਿਹੜੇ ਦਿੱਲੀ ਬੈਠੇ ਜਿਹੜੇ ਲੜ ਰਹੇ ਹਾਲਾਤ ਆ ਲੜ ਰਹੇ ਆ ਅਸਲੀ ਅਸਲੀ ਏਜੰਟ ਉਹ ਆ ਅਸੀਂ ਕੁਛ ਨਹੀਂ ਹੈਗੇ ਅਸੀਂ ਕੁਛ ਵੀ ਜੀਰੋ ਆ ਅਸੀਂ ਜੇ ਗੱਲ ਕੀਤੀ ਜੇ ਫੌਜੀ ਬੰਦੇ ਗ੍ਰੇਟ ਵਾ ਡਾਕਟਰਾਂ ਦੀ ਟੀਮ ਹੋਰ ਸਾਰੇ ਬਾਕੀ ਸਹੀ ਆ ਆਪਾਂ ਜਿਹੜੇ ਵੀਡੀਓ ਬਣਾਉਂਦੇ ਸਾਰੇ ਝੂਠ ਆ ਸਾਰੇ ਫੇਕ ਆ ਜੀ ਦੱਸ ਦਈਏ ਕਿ ਚੋਣਾਂ ਸਮੇਂ ਤੋਂ ਹੀ ਨੀਟੂ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਸੁਰਖੀਆਂ 'ਚ ਬਣਿਆ ਰਹਿੰਦਾ ਅਸਲ 'ਚ ਚੋਣਾਂ ਸਮੇਂ ਨੀਟੂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਕਿਉਂਕਿ ਨੀਟੂ ਨਾਲ ਇੰਨੀ ਕੁ ਮਾੜੀ ਬਣ ਗਈ ਸੀ ਕਿ ਜਿੰਨੀਆਂ ਪਰਿਵਾਰ ਦੀਆਂ ਵੋਟਾਂ ਨੇ ਉਨੀਆਂ ਵੋਟਾਂ ਵੀ ਨੀਟੂ ਨੂੰ ਨਹੀਂ ਪਈਆਂ ਸੀ ਜਿਸ ਤੋਂ ਬਾਅਦ ਜਨਾਬ ਹੋਰਾਂ ਨੇ ਕਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਵੀ ਕੀਤਾ ਸੀ ਜਿਸ ਕਾਰਨ ਨੀਟੂ ਨੂੰ ਹਵਾਲਾਤ ਦੀ ਹਵਾ ਵੀ ਖਾਣੀ ਪਈ ਉਸ ਤੋਂ ਬਾਅਦ ਜਨਾਬ ਹੋਰੀ ਕਈਆਂ ਤੋਂ ਮੌਰ ਵੀ ਕਟਵਾ ਚੁੱਕੇ ਨੇ ਪਰ ਆਪਣੇ ਕਾਰਨਾਮੇ ਤੋਂ ਬਾਜ ਨਹੀਂ ਆਉਂਦੇ ਨਿੱਤ ਕੋਈ ਨਾ ਕੋਈ ਕਾਰਨਾਮਾ ਕਰ ਹੀ ਦਿੰਦੇ ਨੇ ਅੱਜ ਕੱਲ੍ਹ ਨੀਟੂ ਐਕਟਰ ਅਤੇ ਸਿੰਗਰ ਬਣੇ ਹੋਏ ਨੇ ਬੀਤੇ ਦਿਨੀ ਨੀਟੂ ਦਾ ਇੱਕ ਗੀਤ ਆਇਆ ਸੀ ਜਿਸ ਵਿੱਚ ਗਾਇਕਾਂ ਬਾਰੇ ਨੀਟੂ ਨੇ ਕੁਝ ਅਜਿਹਾ ਬੋਲ ਦਿੱਤਾ ਜਿਸ ਨੇ ਪੂਰਾ ਵਿਵਾਦ ਖੜਾ ਕਰ ਦਿੱਤਾ ਹੁਣ ਨੀਟੂ ਦਾ ਦਾਅਵਾ ਕਿ ਮੂਸੇਵਾਲੇ ਦੇ ਸਮਰਥਕ ਉਸਨੂੰ ਧਮਕੀਆਂ ਦੇ ਰਹੇ ਨੇ ਨੀਟੂ ਕਾਨੂੰਨੀ ਕਾਰਵਾਈ ਦੀ ਗੱਲ ਵੀ ਕਰ ਰਿਹਾ ਹਾਲਾਂਕਿ ਨੀਟੂ ਦੇ ਦਾਅਵਿਆਂ 'ਚ ਕਿੰਨੀ ਕੁ ਸੱਚਾਈ ਆ ਇਸ ਬਾਰੇ ਤਾਂ ਹਾਲੇ ਕੁਝ ਕਿਹਾ ਨਹੀਂ ਜਾ ਸਕਦਾ ਲੁਧਿਆਣਾ ਤੋਂ ਅਨੁਪਮ ਮਹਿੰਦਰੂ ਦੀ ਰਿਪੋਰਟ ਚੈਨਲ ਪੰਜਾਬ।